ਅਸੀਂ ਜਿਹੜਾ ਹੈਗਾ ਕੋਲਵਾ ਬੀਚ ਤੇ ਪਹੁੰਚ ਚੁੱਕੇ ਆ। ਅਲੋਂਗ ਦਾ ਬੀਚ ਮਜਾਡਾ ਬੀਚ ਤੋਂ ਵੀ ਪਰੇ ਅਸੀਂ ਐਂਟਰ ਕੀਤੇ ਸੀਗੇ ਸੀ ਤੇ ਤੇ ਸੀ ਦੇ ਕਿਨਾਰੇ ਕਿਨਾਰੇ 7-8 ਕਿਲੋਮੀਟਰ ਤਕਰੀਬਨ 57,000 ਸਟੈਪ ਕਰਦੇ ਕਰਦੇ ਅਸੀਂ ਹੁਣ ਸਾਊਥ ਵੱਲ ਨੂੰ ਜਿਹੜਾ ਸੀਗਾ ਇਹ ਕੋਲਵਾ ਬੀਚ ਤੇ ਪਹੁੰਚ ਗਏ ਹੈਗੇ ਆ। ਅੱਜ ਦਾ ਸਾਡਾ ਇਹ ਫਾਈਨਲ ਡੈਸਟੀਨੇਸ਼ਨ ਹੈਗਾ ਆ ਕੋਲਵਾ। ਹੁਣ ਅਸੀਂ ਇੱਥੋਂ ਐਗਜ਼ਿਟ ਕਰਾਂਗੇ ਔਰ ਇੱਥੋਂ ਅਸੀਂ ਮੜਗਾਓਂ ਦੀ ਬੱਸ ਜਿਹੜੀ ਹੈ ਉਹ ਲੈ ਲੈਣੀ ਆ ਅਤੇ ਮੜਗਾਓਂ ਤੋਂ ਜਾ ਕੇ ਫਿਰ ਅਸੀਂ ਪੰਜੀ ਅਤੇ ਪੰਜੀ ਤੋਂ ਜਾ ਕੇ ਅਸੀਂ ਜਿਹੜਾ ਹੈਗਾ ਆ ਆਪਣੇ ਡੈਸਟੀਨੇਸ਼ਨ 'ਤੇ ਕਾਲਿੰਗ ਰੂਟ ਜਿੱਥੇ ਅਸੀਂ ਠਹਿਰੇ ਹਾਂ ਉੱਥੇ ਪਹੁੰਚ ਜਾਣਾ ਹੈਗਾ। ਇਹੀ ਐਂਟਰੀ ਗੇਟ ਹੈਗਾ ਆ ਕੋਲਨ ਬੀਚ ਦਾ, ਇੱਥੇ ਸੋਰੀ ਕੋਲਵਾ ਬੀਚ ਦਾ। ਔਰ ਐਂਟਰੀ 'ਤੇ ਕਰਦੇ ਆ ਸਾਰ ਹੀ ਆਪਣੇ ਇੰਡੀਅਨ ਲੋਕ ਜਿਹੜੇ ਆ ਪਾਣੀ 'ਚ ਵੜ ਜਾਂਦੇ ਆ ਜਾਂ ਇੱਥੇ ਬਹਿ ਕੇ ਆਪਣਾ ਸਮਾਨ ਸਮੂਨ ਰੱਖ ਕੇ ਚੱਪਲਾਂ ਛੱਪਲਾਂ ਲਾ ਕੇ ਅਤੇ ਖਾਣ ਪੀਣ ਦਾ ਸਮਾਨ ਖਾ ਕੇ ਤਾਂ ਦੇਖੋ ਕਈ ਜਗ੍ਹਾ 'ਤੇ ਇਹਨਾਂ ਨੇ ਗੰਦ ਵੀ ਜਿਹੜਾ ਆ ਪਾਇਆ ਹੋਇਆ ਅਤੇ ਪਾਉਂਦੇ ਆ ਗੰਦ। ਇਸੇ ਕਰਕੇ ਜਿਹੜੇ ਗੋਰੇ ਲੋਕ ਆ ਉਹ ਹਾਲਾਂਕਿ ਕੋਲਵਾ ਉਹਨਾਂ ਦਾ ਬੜਾ ਪ੍ਰੈਫਰਡ ਬੀਚ ਹੈਗਾ, ਲੇਕਿਨ ਇਹ ਕੋਲਵਾ ਤੋਂ 1-2 ਕਿਲੋਮੀਟਰ ਪਰੇ ਹੀ ਜਾ ਕੇ ਅਤੇ ਫਿਰ ਆਪਣਾ ਨਹਾਉਣ ਧੋਣ ਦਾ ਕੰਮ ਜਿਹੜਾ ਉਹ ਕਰਦੇ ਆ। ਇਹੀ ਕਾਰਨ ਆ ਆਪਾਂ ਇਹ ਕਹਿੰਦੇ ਹਾਂ ਕਿ ਸ਼ਾਇਦ ਜੀ ਇਹ ਗੋਰੇ ਲੋਕ ਸਾਡੇ ਲੋਕਾਂ ਨੂੰ ਪਸੰਦ ਨਹੀਂ ਕਰਦੇ, ਇਹ ਰੇਸਿਜ਼ਮ ਫੈਲਾਉਂਦੇ ਆ ਅਤੇ ਸਾਡੇ ਲੋਕਾਂ ਨਾਲ ਮਿਕਸ ਨਹੀਂ ਹੁੰਦੇ ਅਤੇ ਤਾਂ ਉਹਦੇ ਪਰੇ ਹੁੰਦੇ ਆ। ਪਰ ਹਕੀਕਤ ਤਾਂ ਮੈਂ ਤੁਹਾਨੂੰ ਦੱਸਾਂ ਦੋਸਤੋ, ਰੇਸਿਜ਼ਮ ਦਾ ਤਾਂ ਮੈਨੂੰ ਬਹੁਤਾ ਨਹੀਂ ਪਤਾ, ਹੋ ਸਕਦਾ ਉਹ ਵੀ ਐਂਗਲ ਹੋਏ, ਪਰ ਆ ਜਿਹੜਾ ਦੂਜਾ ਗੰਦ ਪਾਉਣ ਵਾਲਾ ਐਂਗਲ ਆ ਇਹ ਤਾਂ ਡੈਫੀਨੇਟਲੀ ਹੈਗਾ। ਇਹਨਾਂ ਦੀ ਜਿਹੜੀ ਬੋਡੀ ਲੈਂਗੁਏਜ ਹੈ, ਇਹਨਾਂ ਦੇ ਡਰੈਸਿਸ ਕਾਲੇ ਪੀਲੇ ਜੇ, ਇਹ ਵੈਸੇ ਇਹਨਾਂ ਲੁੱਕ ਹੀ ਅੱਛੀ ਨਹੀਂ ਲੱਗਦੀ। ਆਹ ਤੁਸੀਂ ਦੇਖ ਸਕਦੇ ਹੋ ਇਹ ਕਿਹੜਾ ਉਹ ਪਲੇ ਆ, ਦੇਖਿਓ ਹੁਣੇ ਇੱਕ ਗਰੁੱਪ ਬੈਠਾ ਆ, ਆਹ ਦੇਖੋ ਜੀ ਆਹ ਜਿਹੜੀ ਆਹ ਦੇਖੋ ਇੱਕ ਇਹ ਗਰੁੱਪ ਹੁਣੇ ਆਇਆ, ਸੌਕ ਦੇ ਇਹਨਾਂ ਦੇ ਕੋਲ ਬੈਗ ਆ ਅਤੇ ਸਾਰੇ ਬੈਗਾਂ 'ਚੋਂ ਇਹਨਾਂ ਨੇ ਕੱਢ ਕੇ ਆਉਂਦੇ ਹੀ ਖਾਣਾ ਪੀਣਾ ਜਿਹੜਾ ਨਾ ਉਹ ਸ਼ੁਰੂ ਕਰਤਾ ਹੈਗਾ, ਉਹ ਖਾਣਾ ਪੀਣਾ ਸ਼ੁਰੂ ਕਰਤਾ। ਉਹ ਜਿਹੜਾ ਬੀਚ ਪੁਲਿਸ ਵਾਲਾ ਆ ਉਹਨੇ ਵੀ ਇਹਨਾਂ ਨੂੰ ਬੁਲਾ ਕੇ ਕਿਹਾ ਭਾਈ ਇੱਥੇ ਗੰਦ ਨਾ ਪਾਓ। ਵੈਸੇ ਬੀਚ ਜਿਹੜੀ ਹੈ ਉਹ ਖਾਣਾ ਖਾਣ ਦੀ ਜਗ੍ਹਾ ਤਾਂ ਹੈ ਨਹੀਂ ਗੀ, ਪਰ ਇਹ ਲੋਕ ਨਹੀਂ ਮੰਨਦੇ ਔਰ ਇਹਨਾਂ ਦੀਆਂ ਅਜਿਹੀਆਂ ਆਦਤਾਂ ਕਰਕੇ ਜਿਹੜੇ ਗੋਰੇ ਲੋਕ ਆ ਇਹ ਫਿਰ ਇਹਨਾਂ ਤੋਂ ਦੂਰ ਭੱਜ ਕੇ ਅਤੇ ਜਿਹੜੇ ਮੇਨ ਬੀਚ ਹੈ ਉਹਨਾਂ ਤੋਂ 1-2 ਕਿਲੋਮੀਟਰ ਹਟ ਕੇ ਜਾ ਕੇ ਆਪਣਾ ਅੱਡਾ ਲਾਉਂਦੇ ਨੇ ਅਤੇ ਉੱਥੇ ਨਹਾਉਂਦੇ ਧੋਂਦੇ ਆ। ਧੰਨਵਾਦ।